ਤੇ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ। ਇੱਕ ਮਸੰਦ, ਉਹਨੂੰ ਇਹ ਵਜ਼ੀਰ ਨਹੀਂ, ਵਜ਼ੀਰ ਜਿਹੜਾ ਕਹਿੰਦੇ ਨਾ ਮਹਾਰਾਜ ਦਾ ਵਜ਼ੀਰ ਹੁੰਦਾ, ਉਹ ਵਜ਼ੀਰ ਨੇ, ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸ਼ਣਹਾਰ ਨਹੀਂ ਹੈਗਾ ਗਾ। ਉਹਨੇ ਸਾਡੇ ਜਿਹੜੇ ਸਿੱਖ ਕੌਮ, ਸਿੱਖ ਜਿਹੜੇ ਹੈਗੇ ਜਹਿਬੰਦੀਆਂ ਦੇ ਦਿਲ ਨੂੰ ਇੰਨੀ ਕੁ ਠੇਸ ਪਹੁੰਚਾਈ ਹੈਗੀ ਆ ਜੋ ਕਿ ਉਹ ਬਖਸ਼ਣਹਾਰ ਨਹੀਂ ਹੈਗਾ। ਉਹ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਹ 'ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ, ਜੇ ਸਾਨੂੰ ਪਤਾ ਲੱਗਦਾ ਅਸੀਂ ਗੌਰਮੈਂਟ ਦੇ ਫੜ ਕੇ ਹਵਾਲੇ ਕਰਾਂਗੇ, ਕਾਰਵਾਈ ਕਰਾਂਗੇ। ਜੇ ਗੌਰਮੈਂਟ ਨਾ ਕਾਰਵਾਈ ਕਰੇਗੀ ਤਾਂ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ। ਉਹਨਾਂ ਨੂੰ ਵਕਤ ਤੋਂ ਜਲਦ ਸਖ਼ਤ ਕੀਤੀ ਜਾਂਦੀ ਹੈ। ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਐਡਰੈਸ ਮਿਲਦਾ ਸਾਨੂੰ ਜ਼ਰੂਰ ਦੱਸਿਆ ਜਾਵੇ। ਮੇਰਾ ਨੰਬਰ 97797917 ਹੈਗਾ, ਮੇਰੇ ਨੰਬਰ 'ਤੇ ਮੈਨੂੰ ਮੈਸੇਜ ਜ਼ਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ। ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗੌਰਮੈਂਟ ਜੇ ਗੌਰ ਕਰੇ ਤਾਂ ਬੇਅਦਬੀਆਂ ਰੋਕ ਵੀ ਸਕਦੀਆਂ ਨੇ। ਗੌਰਮੈਂਟ ਗੌਰ ਕਰਦੀ ਨਹੀਂ, ਵੀ ਹੋਰ ਪਾਸੇ ਤੁਰੀ ਫਿਰਦੀ ਆ। ਗੌਰਮੈਂਟ ਨੂੰ ਵੀ ਮੈਂ ਬੇਨਤੀ ਹੈ, ਮੇਰੇ ਹੱਥ ਜੋੜ ਕੇ ਇਹ ਬੇਅਦਬੀਆਂ ਨੂੰ, ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ, ਮਹਾਰਾਜ ਦਾ ਗ੍ਰੰਥ ਸਾਹਿਬ ਹੈ, ਇਹ ਜਿਹੜੀਆਂ ਆਪਣਾ ਜਗਤ ਦਾ ਦਾਤਾ ਹੈ, ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਕੋਈ ਛੋਟੀ ਗੱਲ ਨਹੀਂ। ਰਾਜਾ ਮਹਾਰਾਜਾ ਕਾ ਰਾਜਾ ਇਹ, ਅਤੇ ਆਪਾਂ ਮਹਾਰਾਜੇ ਦੀ ਬੇਅਦਬੀ ਕਰਵਾ ਰਹੇ ਹਾਂ, ਆਪਾਂ ਨੂੰ ਜੰਮਿਆ ਵੀ ਸਾਰਾ ਕੁਛ ਉਹੀ ਦਿਖਾਉਂਦਾ, ਜਨਮ ਮਰਨ ਸਾਰਾ ਕੁਛ ਉਹਦੇ ਵਿੱਚ ਲਿਖਿਆ ਹੋਇਆ, ਅਤੇ ਸਾਰਾ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਦਾ ਦੇ ਵਿੱਚ ਨਮਸਕਾਰ ਹੈ, ਹਰ ਇੱਕ ਦੀ ਹੈਗੇ ਮੰਨਦੇ ਹੋਣਾ ਜਦੋਂ ਆਪਾਂ ਪੜ੍ਹਦੇ ਹੈਗੇ ਹਾਂ। ਅਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ, ਉਹ ਮਹਾਰਾਜ ਦੀ, ਉਸਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਸਭ ਦਾ ਰਾਜਾ ਹੈਗਾ, ਜੇ ਆਪਾਂ ਉਹਦੀ ਬੇਅਦਬੀ ਕਰਾਂਗੇ ਯਾਰ, ਇੱਦਾਂ ਦੇ ਬੰਦਿਆਂ ਦੇ ਲੱਖ ਲਾਨਤਾਂ ਹੈਗੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਹਾਂ, ਹਾਂਜੀ, ਉਸੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਲਗਾ ਕੇ ਜਿਹੜੇ ਅੰਗਾਂ ਨੂੰ ਵੀ ਜਿਹੜਾ ਛੇੜਛਾੜ ਕੀਤੀ ਜਾ ਰਹੀ ਹੈ, ਉੱਤੇ ਕਾਰਵਾਈ ਇਹ ਬਣਨੀ ਚਾਹੀਦੀ ਆ। ਉਹ ਜਿਹੜੀ ਕਾਰਵਾਈ, ਉਹਦੇ ਗੁੱਟ ਵੱਢ ਦੇਣੇ ਚਾਹੀਦੇ ਹੈਗੇ, ਉਹਦੇ ਨਾਲ ਦੋਨੇ ਹੱਥ ਵੱਢ ਕੇ ਤੇ ਦੱਸਣਾ ਚਾਹੀਦਾ ਵੀ ਆਹ ਵੱਡੇ ਕੀਤਾ ਹੋਇਆ। ਅੱਗੇ ਬੇਅਦਬੀ ਕੀਤੀ ਸੀਗੀ ਨਾ ਦਿੱਲੀ ਦੇ ਵਿੱਚ, ਉਦੋਂ ਵੀ ਬੰਦਾ ਵੱਡਿਆ ਸੀਗਾ, ਤੇ ਇਹਦੇ ਵੀ ਗੁੱਟ ਵੱਢਣੇ ਚਾਹੀਦੇ ਹੈਗੇ ਆ। ਤੇ ਵਜ਼ੀਰ ਨਹੀਂ ਹੈਗਾ, ਇਹ ਤਾਂ ਖੱਚ ਹੈ, ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ, ਜਿਹੜੇ ਗੁਰੂ ਮਹਾਰਾਜ ਨੇ ਸਾੜੇ ਸੀ ਮਸੰਦ, ਉਹ ਮਸੰਦ ਪੈਦਾ ਹੋਇਆ। ਮਸੰਦ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ, ਕਹਿੰਦਾ ਜਦੋਂ ਮਸੰਦ ਕਲਯੁਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ, ਇਹ ਕਲੰਕ ਲਾਉਣਗੇ। ਇਹ ਸਾਡੇ ਗ੍ਰੰਥ ਸਾਹਿਬ ਨੂੰ, ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ। ਤੇ ਜੋ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ। ਇੱਕ ਮਸੰਦ, ਉਹਨੂੰ ਇਹ ਵਜ਼ੀਰ ਨਹੀਂ, ਵਜ਼ੀਰ ਜਿਹੜਾ ਕਹਿੰਦੇ ਨਾ ਮਹਾਰਾਜ ਦਾ ਵਜ਼ੀਰ ਹੁੰਦਾ, ਉਹ ਵਜ਼ੀਰ ਨੇ, ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸ਼ਣਹਾਰ ਨਹੀਂ ਹੈਗਾ ਗਾ। ਉਹਨੇ ਸਾਡੇ ਜਿਹੜੇ ਸਿੱਖ ਕੌਮ, ਸਿੱਖ ਜਿਹੜੇ ਹੈਗੇ ਜਹਿਬੰਦੀਆਂ ਦੇ ਦਿਲ ਨੂੰ ਇੰਨੀ ਕੁ ਠੇਸ ਪਹੁੰਚਾਈ ਹੈਗੀ ਆ ਜੋ ਕਿ ਉਹ ਬਖਸ਼ਣਹਾਰ ਨਹੀਂ ਹੈਗਾ। ਉਹ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਅਤੇ ਉਹ 'ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ, ਜੇ ਸਾਨੂੰ ਪਤਾ ਲੱਗਦਾ ਅਸੀਂ ਗੌਰਮੈਂਟ ਦੇ ਫੜ ਕੇ ਹਵਾਲੇ ਕਰਾਂਗੇ, ਕਾਰਵਾਈ ਕਰਾਂਗੇ। ਜੇ ਗੌਰਮੈਂਟ ਨਾ ਕਾਰਵਾਈ ਕਰੇਗੀ ਤਾਂ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ। ਉਹਨਾਂ ਨੂੰ ਵਕਤ ਤੋਂ ਜਲਦ ਸਖ਼ਤ ਕੀਤੀ ਜਾਂਦੀ ਹੈ। ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਐਡਰੈਸ ਮਿਲਦਾ ਸਾਨੂੰ ਜ਼ਰੂਰ ਦੱਸਿਆ ਜਾਵੇ। ਮੇਰਾ ਨੰਬਰ 97797917 ਹੈਗਾ, ਮੇਰੇ ਨੰਬਰ 'ਤੇ ਮੈਨੂੰ ਮੈਸੇਜ ਜ਼ਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ। ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗੌਰਮੈਂਟ ਜੇ ਗੌਰ ਕਰੇ ਤੇ ਬੇਅਦਬੀਆਂ ਰੋਕ ਵੀ ਸਕਦੀਆਂ ਨੇ। ਗੌਰਮੈਂਟ ਗੌਰ ਕਰਦੀ ਨਹੀਂ, ਵੀ ਹੋਰ ਪਾਸੇ ਤੁਰੀ ਫਿਰਦੀ ਆ। ਗੌਰਮੈਂਟ ਨੂੰ ਵੀ ਮੈਂ ਬੇਨਤੀ ਹੈ, ਮੇਰੇ ਹੱਥ ਜੋੜ ਕੇ ਇਹ ਬੇਅਦਬੀਆਂ ਨੂੰ, ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ, ਮਹਾਰਾਜ ਦਾ ਗ੍ਰੰਥ ਸਾਹਿਬ ਹੈ, ਇਹ ਜਿਹੜੀਆਂ ਆਪਣਾ ਜਗਤ ਦਾ ਦਾਤਾ ਹੈ, ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ, ਇਹ ਬਹੁਤ ਵੱਡੀ
ਵੱਡੀ ਗੱਲ ਹੁੰਦੀ ਆ, ਕੋਈ ਛੋਟੀ ਗੱਲ ਨਹੀਂ। ਰਾਜਾ ਮਹਾਰਾਜਾ ਕਾ ਰਾਜਾ ਇਹ, ਅਤੇ ਆਪਾਂ ਮਹਾਰਾਜੇ ਦੀ ਰਿਵੇਦ ਵੀ ਕਰਵਾ ਰਹੇ ਹਾਂ, ਆਪਾਂ ਨੂੰ ਜੰਮਿਆ ਵੀ ਸਾਰਾ ਕੁਛ ਉਹੀ ਦਿਖਾਉਂਦਾ, ਜਨਮ ਮਰਨ ਸਾਰਾ ਕੁਛ ਉਹਦੇ ਵਿੱਚ ਲਿਖਿਆ ਹੋਇਆ, ਅਤੇ ਸਾਰਾ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਦਾ ਦੇ ਵਿੱਚ ਨਮਸਕਾਰ ਹੈ ਹਰ ਇੱਕ ਦੀ ਹੈਗੇ, ਮੰਨਦੇ ਹੋ ਨਾ ਜਦੋਂ ਆਪਾਂ ਪੜ੍ਹਦੇ ਹੈਗੇ ਹਾਂ। ਅਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ, ਉਹ ਮਹਾਰਾਜ ਦੀ, ਉਸਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਭ ਦਾ ਰਾਜਾ ਹੈਗਾ, ਜੇ ਆਪਾਂ ਉਹਦੀ ਬੇਅਦਬੀ ਕਰਾਂਗੇ ਯਾਰ, ਇੱਦਾਂ ਦੇ ਬੰਦਿਆਂ ਦੇ ਲੱਖ ਲਾਨਤਾਂ ਹੈਗੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਹਾਂ, ਹਾਂਜੀ, ਉਸੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਲਗਾ ਕੇ ਜਿਹੜੇ ਅੰਗਾਂ ਨੂੰ ਵੀ ਜਿਹੜਾ ਛੇੜਛਾੜ ਕੀਤੀ ਜਾ ਰਹੀ ਹੈ, ਕੀ ਕਾਰਵਾਈ ਬਣਨੀ ਚਾਹੀਦੀ ਹੈ? ਉੱਤੇ ਕਾਰਵਾਈ ਇਹੀ ਬਣਨੀ ਚਾਹੀਦੀ ਆ, ਉਹ ਜਿਹੜੀ ਕਾਰਵਾਈ ਉਹਦੇ ਗੁੱਟ ਵੱਢ ਦੇਣੇ ਚਾਹੀਦੇ ਹੈਗੇ, ਉਹਦੇ ਨਾਲ ਦੋਨੇ ਹੱਥ ਵੱਢ ਕੇ ਤੇ ਦੱਸਣਾ ਚਾਹੀਦਾ ਵੀ ਆਹ ਵੱਡਾ ਕੀਤਾ ਹੋਇਆ। ਅੱਗੇ ਬੇਅਦਬੀ ਕੀਤੀ ਸੀਗੀ ਨਾ ਦਿੱਲੀ ਦੇ ਵਿੱਚ, ਉਦੋਂ ਵੀ ਬੰਦਾ ਵੱਡਾ ਸੀਗਾ, ਤੇ ਇਹਦੇ ਵੀ ਗੁੱਟ ਵੱਢਣੇ ਚਾਹੀਦੇ ਹੈਗੇ ਆ। ਤੇ ਵਜ਼ੀਰ ਨਹੀਂ ਹੈਗਾ, ਇਹ ਤਾਂ ਖੱਚ ਹੈ, ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ, ਜਿਹੜੇ ਗੁਰੂ ਮਹਾਰਾਜ ਨੇ ਸਾੜੇ ਸੀ ਮਸੰਦ, ਉਹ ਮਸੰਦ ਪੈਦਾ ਹੋਇਆ। ਮਸੰਦ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ, ਕਹਿੰਦਾ ਜਦੋਂ ਮਸੰਦ ਕਲਯੁਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ, ਇਹ ਕਲੰਕ ਲਾਉਣਗੇ। ਇਹ ਸਾਡੇ ਗ੍ਰੰਥ ਸਾਹਿਬ ਨੂੰ, ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ।